ਹਾਂਜੀ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੂੰ ਅਸੀਂ ਆਪਣੇ ਮੁਹੱਲੇ ਦੇ ਵਿੱਚ ਮੀਟਿੰਗ ਦੇ ਤੌਰ 'ਤੇ ਬੁਲਾਇਆ ਸੀਗਾ। ਲੋਕਾਂ ਦਾ ਉਹਨਾਂ ਨੂੰ ਮਿਲਣ ਦਾ ਬਹੁਤ ਜ਼ਿਆਦਾ ਉਤਸ਼ਾਹ ਸੀ। ਬੱਚਿਆਂ ਤੋਂ ਲੈ ਕੇ ਬੁੜੀਆਂ ਤੱਕ ਇੱਥੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਮਿਲਣ ਵਾਸਤੇ ਉਤਸ਼ਾਹਿਤ ਹੋ ਕੇ ਬੈਠੇ ਰਹੇ। ਉਹ ਆਪਣੇ ਟਾਈਮ ਦੇ ਮੁਤਾਬਕ ਮੀਟਿੰਗ ਦੇ ਵਿੱਚ ਹਾਜ਼ਰ ਹੋਏ। ਉਹਨਾਂ ਨੇ ਆਪਣੇ ਉਹ ਲੋਕਾਂ ਦੀ ਇਨਸਾਫ ਦੇ ਵਾਸਤੇ ਲੋਕਾਂ ਨੂੰ ਕਿਹਾ ਕਿ ਕੋਈ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਤਕਲੀਫ ਹੋਵੇ ਉਹ ਬਿਨਾਂ ਝਿਜਕ ਮੇਰੇ ਕੋਲ ਆ ਸਕਦਾ ਹੈ ਅਤੇ ਉਹਨਾਂ ਨੂੰ ਇਨਸਾਫ ਨਾਲ ਦੀ ਨਾਲ ਹੀ ਮਿਲੇਗਾ। ਅਤੇ ਉਹਨਾਂ ਨੂੰ ਜਿਹੜਾ ਆਪਣਾ ਉਹਨਾਂ ਨੇ ਐਮ ਪੀ ਦੇ ਤੌਰ 'ਤੇ ਉਹਨਾਂ ਨੇ ਆਪਣਾ ਜਿਨ੍ਹਾਂ ਨੂੰ ਚੋਣ ਨਿਸ਼ਾਨ ਉਹਨਾਂ ਦਾ ਮਿਲਿਆ ਹੈ ਆਪਾਂ ਨੂੰ ਲੈਟਰ ਬਾਕਸ ਅਤੇ ਲੈਟਰ ਬਾਕਸ 'ਤੇ ਮੋਹਰ ਲਾਉਣ ਵਾਸਤੇ ਲੋਕਾਂ ਨੂੰ ਕਿਹਾ ਵੀ ਆਪਾਂ ਲੈਟਰ ਬਾਕਸ 'ਤੇ ਮੋਹਰ ਲਗਾਉਣੀ ਹੈ ਤਾਂ ਕਿ ਆਪਾਂ ਲੋਕ ਇਨਸਾਫ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਿਰੇ ਚੜ੍ਹਾਈਏ। ਸੋ ਅੱਜ ਮਨਵਿੰਦਰ ਗਿਆਸਪੁਰਾ ਜਿਹੜੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਲੋਕ ਇਨਸਾਫ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਕੈਂਡੀਡੇਟ ਆ। ਬਹੁਤ ਵੱਡਾ ਲੋਕਾਂ ਦੇ ਅੰਦਰ ਇੱਕ ਜੋਸ਼ ਭਰਿਆ ਉਤਸ਼ਾਹ ਹੈ, ਉਹ ਇਸ ਕਰਕੇ ਕਿਉਂਕਿ ਲੰਬਾ ਸਮਾਂ ਲੋਕਾਂ ਨੇ ਬਾਦਲਾਂ ਦੀ ਲੁੱਟ ਤੋਂ ਬਾਅਦ ਕਾਂਗਰਸੀਆਂ ਨੂੰ ਹਕੂਮਤ ਔਰ ਕਾਂਗਰਸੀਆਂ ਨੇ ਵੀ ਉਹੀ ਕੰਮ ਜੋ ਬਾਦਲ ਕਰਦੇ ਸੀ। ਸੋ ਅੱਜ ਪੰਜਾਬ ਦਾ ਵੋਟਰ ਜਿੱਥੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਅਤੇ ਉੱਥੇ ਗੁੱਸੇ ਦੇ ਵਿੱਚ, ਇਸ ਕਰਕੇ ਦੋਨੋਂ ਲੁਟੇਰੀਆਂ ਪਾਰਟੀਆਂ ਨੂੰ ਪੰਜਾਬ ਦਾ ਵੋਟਰ ਸਜ਼ਾ ਦੇਵੇਗਾ। ਔਰ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਮਾਨਵਤਾ ਨੂੰ ਸਮਰਪਿਤ ਇੱਕ ਪਰਸਨੈਲਿਟੀ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਨੇ, ਸੋ ਇਸ ਕਰਕੇ ਅੱਜ ਫਤਿਹਗੜ੍ਹ ਸਾਹਿਬ ਦੀਆਂ ਮੀਟਿੰਗਾਂ ਦਾ ਪ੍ਰਬੰਧ ਕਰ। ਸਰ ਅੱਜ ਜਿਹੜੀ ਮੀਟਿੰਗ ਹੋਈ ਹੈ ਇਹ ਇੰਡਸਟਰੀਅਲ ਟਾਊਨ ਹੈ, ਇੰਡਸਟਰੀਅਲ ਟਾਊਨ ਲਈ ਕੁਝ ਖਾਸ? ਸਾਡੇ ਬਹੁਤ ਸਾਰੇ ਵਪਾਰੀ ਸਾਥੀ, ਤੁਸੀਂ ਦੇਖਿਆ ਖਾਸ ਕਰਕੇ ਨੌਜਵਾਨ ਵਰਗ ਲੇਡੀਜ਼ ਦੇ ਅੰਦਰ ਕਿੱਡਾ ਵੱਡਾ ਉਤਸ਼ਾਹ ਹੈਗਾ। ਮੈਨੂੰ ਇਉਂ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਕਿਸੇ ਓਪਰੇ ਮਹੱਲੇ ਦੇ ਵਿੱਚ ਆਇਆ ਜਾਂ ਪਹਿਲੀ ਵਾਰੀ ਆਇਆ। ਇੱਕ ਪਰਿਵਾਰਕ ਮਾਹੌਲ ਕਿਸੇ ਲੀਡਰ ਵਾਸਤੇ ਨਹੀਂ, ਉਹ ਪਿਆਰ ਜਿਹੜਾ ਇੱਕ ਸਮਾਜਿਕ ਤੌਰ 'ਤੇ ਪਰਿਵਾਰਕ ਮੈਂਬਰਾਂ ਨੂੰ ਮਿਲਦਾ, ਉਹ ਪਰਿਵਾਰ ਪਿਆਰ, ਉਹ ਸਤਿਕਾਰ, ਉਹ ਰਿਸਪੈਕਟ, ਉਹ ਜੋਸ਼, ਗੁਰੂ ਸਾਹਿਬ ਦੀ ਪਾਰ ਬਖਸ਼ਿਸ਼ ਹੈ, ਇਹ ਜੋਸ਼, ਇਹ ਪਿਆਰ ਜਿਹੜਾ ਵੋਟ ਦੇ ਵਿੱਚ ਤਬਦੀਲ ਹੋਏਗਾ ਅਤੇ ਪੰਜਾਬ ਦੇ ਅੰਦਰੋਂ ਮਾਫੀਆ ਅਤੇ ਕਰਪਟ ਲੋਕਾਂ ਦਾ ਖਾਤਮਾ ਕਰਕੇ ਦਮ ਲਾਉਂਦਾ। ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ ਗੁਟਕਾ ਸਾਹਿਬ ਦੀ ਵੀ 4 ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ, ਅੱਜ ਦੁੱਲੋਂ ਸਾਹਿਬ ਖੁਦ ਕਹਿ ਰਹੇ ਨੇ। ਮੈਂ ਦੱਸਣ ਲੱਗਿਆ ਤੁਹਾਨੂੰ, ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਨਸ਼ਾ ਮੁਕਤੀ ਪ੍ਰੋਗਰਾਮ ਮੱਥੇ ਨੂੰ ਗੁਟਕਾ ਸਾਹਿਬ ਲਾ ਕੇ ਸਹੁੰ ਚੱਕਣ ਵਾਲਾ 4 ਦਿਨਾਂ ਦਾ ਸੀ ਅਤੇ ਹੁਣ ਇਹ ਰੌਲਾ ਪਾਉਣ ਲੱਗ ਗਏ। ਇਹਨਾਂ ਨੇ ਦੇਖਿਆ ਵੀ ਲੋਕਾਂ ਦੇ ਅੰਦਰ ਮੀਡੀਆ ਦੇ ਜ਼ਰੀਏ ਕਿਰਕਰੀ ਬੜੀ ਹੋ ਰਹੀ ਹੈ, ਰੋਜ਼ ਅਖਬਾਰਾਂ 'ਚ 5-5, 4-4 ਨਸ਼ੇ ਦੇ ਨਾਲ ਨੌਜਵਾਨਾਂ ਜਿਹੜੀ ਮੌਤ ਹੋ ਰਹੀ ਉਹਦੀਆਂ ਫੋਟੋਆਂ ਲੱਗਦੀਆਂ ਨੇ। ਕਿਰਕਰੀ ਤੋਂ ਬਚਣ ਵਾਸਤੇ ਕੈਪਟਨ ਅਤੇ ਕੈਪਟਨ ਦੇ ਸਾਥੀ ਕਹਿਣ ਲੱਗ ਗਏ ਪੰਜਾਬ ਦੇ ਅੰਦਰੋਂ ਨਸ਼ੇ ਦੀ ਪਾਈਪਲਾਈਨ ਤੋੜਤੀ, ਲੱਕ ਤੋੜਤਾ ਅਸੀਂ ਨਸ਼ੇ ਦਾ। ਮੈਂ ਖੁਦ ਲਾਈਵ ਹੋ ਕੇ ਲੁਧਿਆਣਾ ਵਰਗੇ ਮਹਾਂਨਗਰ ਦੇ ਜਿੱਥੇ ਚੱਪੇ ਚੱਪੇ ਦੇ ਪੁਲਿਸੀਆ ਫਰਲਾਂਗ ਦੇ ਉੱਤੇ ਚੌਂਕੀ 'ਤੇ ਠਾਣਾ, ਮੈਂ ਖੁਦ ਲਾਈਵ ਹੋ ਕੇ ਲੁਧਿਆਣੇ ਦੇ ਵਿੱਚੋਂ ਚਿੱਟਾ ਖਰੀਦ ਕੇ ਲੈ ਕੇ ਆਇਆ ਔਰ ਮੈਂ ਉਹ ਚਿੱਟੇ ਦੇ ਪੈਕਟ ਲਿਜਾ ਕੇ ਪੁਲਿਸ ਦੇ ਕਮਿਸ਼ਨਰ ਨੂੰ ਦਿੱਤੇ ਅਤੇ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਿਆ ਕਿ ਤੁਸੀਂ ਤਾਂ ਲੱਕ ਤੋੜਤਾ ਸੀ ਨਸ਼ੇ ਦਾ, ਤੁਸੀਂ ਤਾਂ ਪਾਈਪਲਾਈਨ ਭੰਨਤੀ ਸੀ, ਇੱਥੇ ਤਾਂ ਸ਼ਰੇਆਮ ਜਿਵੇਂ ਸਬਜ਼ੀ ਮੰਡੀ ਦੇ ਵਿੱਚੋਂ ਆਲੂ ਵਿਕਦੇ ਇਸ ਤਰੀਕੇ ਚਿੱਟਾ ਵਿਕ ਰਿਹਾ। ਸੋ ਦੁੱਲੋ ਸਾਹਿਬ ਦੀ ਸਟੇਟਮੈਂਟ, ਉਸ ਦਿਨ 3 ਖਬਰਾਂ ਛਪੀਆਂ, ਲੁਧਿਆਣੇ ਦੇ ਵਿਧਾਇਕ ਨੇ ਲਾਈਵ ਹੋ ਕੇ ਚਿੱਟਾ ਖਰੀਦਿਆ, ਦੂਜੀ ਸਟੇਟਮੈਂਟ ਸ਼ਮਸ਼ੇਰ ਸਿੰਘ ਦੁੱਲੋ ਦੀ ਜਿਨ੍ਹਾਂ ਨੇ ਕਿਹਾ ਵੀ ਅਕਾਲੀਆਂ ਦੇ ਰਾਜ ਨਾਲੋਂ ਕਾਂਗਰਸ ਦੇ ਰਾਜ ਦੇ ਵਿੱਚ ਨਸ਼ਾ ਵੱਧ ਗਿਆ, ਤੀਜੀ ਸਟੇਟਮੈਂਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕਰੀਬੀ ਸਾਥੀ ਸਾਰੇ ਸਿੰਘ ਦਾਸੂਵਾਲ ਵੜੀਆਂ ਫੋਟੋਆਂ ਛਪੀਆਂ, ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦਾ ਸੀਨੀਅਰ ਲੀਡਰ 1 ਕਿਲੋ ਹੈਰੋਨ ਸਮੇਤ ਫੜਿਆ ਗਿਆ, 1 ਕਿਲੋ ਹੈਰੋਨ। ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਸਾਥੀ ਬੜੀਆਂ ਫੋਟੋਆਂ ਨੇ ਫੇਸਬੁੱਕ ਦੇਖੋ ਤੇ ਕੈਪਟਨ ਦੀਆਂ ਫੋਟੋਆਂ ਉਹਦੇ ਨਾਲ ਭਰੀ ਪਈ ਆ। ਸੋ ਇਹ ਕੈਪਟਨ ਅਮਰਿੰਦਰ ਸਿੰਘ ਜੋ ਕੰਮ ਵਿਕਰਮ ਮਜੀਠੀਆ ਐਂਡ ਕੰਪਨੀ ਕਰਦੀ ਸੀ ਪੰਜਾਬ ਦੇ ਅੰਦਰ, ਸੇਮ ਕੰਮ ਕੈਪਟਨ ਦੀ ਜੁੰਡਲੀ ਕਰ ਰਹੀ ਹੈ। ਤੇ ਇੰਨੇ ਦਿਨਾਂ 'ਚ ਕੋਈ ਕਾਰਵਾਈ ਪੁਲਿਸ ਵੱਲੋਂ? ਹਾਂ, ਪੁਲਿਸ ਗਈ ਜੀ, ਉਹ 3 ਦਿਨਾਂ ਬਾਅਦ ਉਹਨਾਂ ਦੀ ਜਾਗਜੂ ਖੁੱਲ੍ਹ ਗਈ। 3 ਦਿਨਾਂ ਬਾਅਦ ਦੇਖਿਆ ਵੀ ਕਿਰਕਰੀ ਹੋ ਰਹੀ ਆ ਅਤੇ ਉੱਥੇ 100-150 ਪੁਲਿਸੀਆ ਗਿਆ। ਤੁਹਾਡੇ ਵਰਗੇ ਰਿਪੋਰਟਰਾਂ ਨੇ ਪੁੱਛਿਆ ਵੀ ਕੀ ਮਿਲਿਆ, ਕਹਿੰਦੇ ਜੀ ਬੰਦੇ ਵੀ ਭੱਜ ਗਏ ਅਤੇ ਨਸ਼ਾ ਵੀ ਨਹੀਂ ਮਿਲਿਆ, ਖਾਨਾ ਪੂਰੀ ਕਰਨ ਵਾਸਤੇ ਗਏ ਆ। ਤੁਹਾਨੂੰ ਮੈਨੂੰ ਲੋਕਾਂ ਨੂੰ ਪਤਾ ਵੀ ਚਿੱਟਾ ਕੌਣ ਵੇਚਦਾ, ਕਿਹੜੇ ਮੁਹੱਲੇ 'ਚ ਵਿਕਦਾ, ਕਿਹੜੇ ਪਿੰਡ 'ਚ ਵਿਕਦਾ, ਅਤੇ SHO ਨੂੰ ਕਿਵੇਂ ਨਹੀਂ ਪਤਾ? ਚਿੱਟਾ ਗਲੀ ਗਲੀ ਆ, ਚੋਰ ਕੁੱਤੀ ਰਲੀ ਆ, ਪੁਲਿਸ ਅਤੇ ਚਿੱਟਾ ਵੇਚਣ ਵਾਲੇ ਅਤੇ ਰਾਜਨੀਤਿਕ ਲੋਕ ਰਲੇ ਹੋਏ ਆਪਸ ਦੇ ਵਿੱਚ।